when you apply for a job, when we apply for a job, or when you receive a job application from somebody, you will receive a piece of paper, ek paper milta sanu. Oh paper, jeda ki oh vyakti jeda job apply kar reya hai, ohde bare sanu kuch dass reya hai. Ohde gun likhe hunde ne, his attributes, his abilities written in this piece of paper, hai na? See, oh paper nu ki kehnde hai? Resume. Main dohra dewa. ਜਦੋਂ ਵੀ ਕੋਈ ਵਿਅਕਤੀ ਜੋਬ ਅਪਲਾਈ ਕਰਦਾ ਜਾਂ ਸਾਨੂੰ ਕੋਈ ਐਪਲੀਕੇਸ਼ਨ ਅਸੀਂ ਰਿਸੀਵ ਕਰਦੇ ਹਾਂ ਸਾਨੂੰ ਇੱਕ ਪੇਪਰ ਮਿਲਦਾ ਹੈ ਉਹ ਪੇਪਰ ਜਿਹੜਾ ਕਿ ਉਹ ਵਿਅਕਤੀ ਜਿਹੜਾ ਜੋਬ ਅਪਲਾਈ ਕਰ ਰਿਹਾ ਹੈ ਉਹਦੇ ਗੁਣ ਲਿਖੇ ਹੁੰਦੇ ਨੇ ਕਿ ਮੈਂ ਇਹ ਕਰ ਸਕਦਾ ਮੈਂ ਇਹ ਕਰ ਸਕਦਾ ਮੈਂ ਇਹ ਕਰ ਸਕਦਾ ਮੈਂ ਇਹ ਕਰ ਸਕਦਾ ਇਸ ਐਟਰੀਬਿਊਟਸ ਇਸ ਸਕਿੱਲਸ ਇਸ ਅਬਿਲਿਟੀ ਸਪੈਲਡ ਆਊਟ ਇਨ ਦੈਟ ਪੀਸ ਆਫ ਪੇਪਰ ਐਂਡ ਵੀ ਕਾਲ ਇਟ ਪੀਸ ਆਫ ਪੇਪਰ A resume, ठीक है ना? इसी तरह है ना, साड़ी आत्मा दी एक resume, साड़ी आत्मा दी तवज्जो देनी, साड़ी आत्मा दी एक resume, that means our soul has a resume. ਉਹ ਜਿਹੜੀ ਰੈਜ਼ੂਮੇ ਸਾਡੀ ਆਤਮਾ ਦੀ ਨਾ ਉਹ ਸਾਨੂੰ ਕਹਿੰਦੀ ਹੈ ਕਿ ਸਾਡੀ ਆਤਮਾ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਸਾਡੀ ਆਤਮਾ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਜਿਸ ਤਰ੍ਹਾਂ ਕਿ ਬੰਦੇ ਦੀ ਰੈਜ਼ੂਮੇ ਵਿੱਚ ਜੇ ਗੁਣ ਲਿਖੇ ਹੋਣ ਦਾ ਮਤਲਬ ਬੰਦਾ ਉਹ ਕਰ ਸਕਦਾ ਆਲ ਦੈਟ ਯੂ ਕੈਨ ਡੂ ਇਜ਼ ਲਿਸਟਡ ਇਨ ਦਾ ਰੈਜ਼ੂਮੇ ਜਸਟ ਲਾਈਕ ਦੈਟ ਆਲ ਦੈਟ ਯੂਰ ਆਤਮਾ ਕੈਨ ਡੂ ਇਜ਼ ਲਿਸਟਡ ਇਨ ਦਾ ਰੈਜ਼ੂਮੇ ਆਫ ਯੂਰ ਆਤਮਾ ਯੂ ਵਿਦ ਮੀ ਫੋਲੋਇੰਗ ਮੀ ਉਸ ਆਤਮਾ ਦੀ ਜਿਹੜੀ ਅਬਿਲਿਟੀ ਹੈ ਉਹ ਰੈਜ਼ੂਮੇ ਵਿੱਚ ਲਿਖੀ ਹੁੰਦੀ ਅੱਜ ਆਪਾਂ ਆਤਮਾ ਦੀ ਰੈਜ਼ੂਮੇ ਦੀ ਬਾਰੇ ਗੱਲ ਕਰਦੀ ਹੈ ਸਾਡੀ ਜਿਹੜੀ ਆਤਮਾ ਨਾ ਇਹਦੇ ਵਿੱਚ ਗੁਣ ਨੇ ਤੇ ਇਹ ਗੁਣ ਇੱਕ ਰੈਜ਼ੂਮੇ ਵਿੱਚ ਬਿਆਨ ਕੀਤੇ ਨੇ ਅੱਜ ਉਹ ਰੈਜ਼ੂਮੇ ਬਾਰੇ ਅਸੀਂ ਗੱਲ ਕਰਨੀ ਕਿਉਂਕਿ ਜੇ ਬੰਦੇ ਨੂੰ ਆਪਣੇ ਗੁਣਾਂ ਦੀ ਪਹਿਚਾਣ ਹੋਵੇ ਜਿਸ ਤਰ੍ਹਾਂ ਐਗਜ਼ਾਮਪਲ ਤੁਸੀਂ ਆਪਣੀ ਰੈਜ਼ੂਮੇ ਲੈ ਕੇ ਕਿਤੇ ਆਪਣੀ ਰੈਜ਼ੂਮੇ ਖੁਦ ਪੜ੍ਹੀ ਹੈ ਤੁਸੀਂ ਆਖੋ ਕਿ ਵਾਹ 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 ਇਹ ਨਹੀਂ ਕਰ ਸਕਦਾ ਵਾਹ 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 ਮੇਰੇ ਵਿੱਚ ਇਹ ਵੀ ਗੁਣ ਹੈਗੇ ਵਾਹ 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 ਇਹ ਵੀ ਮੈਂ ਜਾਣਦਾ ਇਹ ਵੀ ਮੈਂ ਜਾਣਦਾ ਇਹ ਵੀ ਬੰਦਾ ਇੰਨਾ ਪੜਾਉ ਹੁੰਦਾ ਨਾ ਕਿ ਇੰਨਾ ਕੁਝ ਜਾਣਦਾ ਹੈ ਇਸ ਤਰ੍ਹਾਂ ਹੀ ਜੇ ਤੁਸੀਂ ਆਪਣੀ ਆਤਮਾ ਦੀ ਰੈਜ਼ੂਮੇ ਪੜ੍ਹੋਗੇ ਨਾ ਤੁਸੀਂ ਹੈਰਾਨ ਹੋਗੇ ਕਮਾਲ ਹੈ ਮੈਂ ਇਹ ਵੀ ਕਰ ਸਕਦਾ 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 ਸਾਡੀ ਆਤਮਾ ਦੀ ਰੈਜ਼ੂਮੇ ਅੱਜ ਆਪਾਂ ਉਹ ਗੱਲ ਕਰਨੀ ਹੈ ਸਾਨੂੰ ਆਪਣੇ ਆਪ ਦੀ ਪਹਿਚਾਣ ਹੋ ਜਾਏਗੀ ਆਪਣੀ ਰੈਸਮੀ ਪੜ੍ਹ ਕੇ ਕਿ ਕਮਾਲ ਹੋ ਗਈ ਆਈ ਐਮ ਸੋ ਪਾਵਰਫੁਲ ਕਿ ਮੇਰੇ ਵਿੱਚ ਇੰਨੇ ਗੁਣ ਤੇ ਮੈਨੂੰ ਪਤਾ ਹੀ ਨਹੀਂ ਆਓ ਗੁਰੂ ਕਿਰਪਾ ਕਰਨ ਸਤਿਗੁਰ ਦਇਆ ਕਰਨ ਅੱਜ ਆਪਾਂ ਆਤਮਾ ਦੀ ਰੈਸਮੀ ਦੇ ਬਾਰੇ ਗੱਲ ਕਰਨੀ ਹੈ ਅੱਗੇ ਵਧੀਏ ਆਪ ਜੀ ਨੇ ਇੱਕ ਮੁਹਾਵਰਾ ਸੁਣਿਆ ਹੋਣਾ ਜੈਸਾ ਬਾਪ ਐਸਾ ਪੁੱਤ ਜਾਂ ਪੁੱਤਰ ਲਾਈਕ ਫਾਦਰ ਲਾਈਕ ਸਨ ਇਹ ਸੁਣਿਆ ਹੋਇਆ ਨਾ ਲਾਈਕ ਫਾਦਰ ਲਾਈਕ ਸਨ ਇਹਦਾ ਮਤਲਬ ਹੈ ਜਿਹੋ ਜਿਹਾ ਬਾਪ ਹੈ ਉਹ ਪੁੱਤਰ ਉਹੋ ਜਿਹਾ ਉਹਦੇ ਵਿੱਚ ਬਾਪ ਦੇ ਗੁਣ ਆ ਜਾਂਦੇ ਨੇ ਡੋਗ ਚੈਂਪੀਅਨਸ਼ਿਪ ਵਾਸਤੇ ਜਾਓਗੇ ਨਾ ਕੁੱਤਿਆਂ ਦੇ ਜਦੋਂ ਮੁਕਾਬਲੇ ਹੁੰਦੇ ਨੇ ਕੁੱਤਿਆਂ ਦੀ ਜਿਹੜੀ ਨਸਲ ਜੇ ਕਿਸੇ ਨੇ ਕੁੱਤਾ ਖਰੀਦਣਾ ਸਰਟੀਫਿਕੇਟ ਮਿਲਦਾ ਨਾ ਤੇ ਸਰਟੀਫਿਕੇਟ ਚ ਲਿਖਿਆ ਹੁੰਦਾ ਹੈ ਕੁੱਤੇ ਦੀ ਲੀਨੀਏਜ ਉਹ ਵੀ ਨਸਲ ਉਹ ਕਿੱਥੋਂ ਆ ਰਿਹਾ ਉਹਦਾ ਪਿਓ ਕੌਣ ਸੀ ਪਿਓ ਦੇ ਕਿਹੜੇ ਕਿਹੋ ਜਿਹੇ ਗੁਣ ਸੀ ਉਹ ਤੇ ਇਸ ਤਰ੍ਹਾਂ ਵੀ ਲਿਖਿਆ ਹੁੰਦਾ ਕਿ ਇਹਦਾ ਫਾਦਰ ਡੋਗ ਚੈਂਪੀਅਨਸ਼ਿਪ ਵਿੱਚ ਫਸਟ ਆਇਆ ਸੀਗਾ ਯੂ ਵਾਈ ਦੈਟ ਉਹ ਕੁੱਤੇ ਦੀ ਨਸਲ ਬਾਰੇ ਦੱਸਦੇ ਨੇ ਕਿ ਕੁੱਤੇ ਵਿੱਚ ਇਹੋ ਇਹੋ ਜਿਹੇ ਗੁਣ ਨੇ ਜਿਹੜੇ ਵੀ ਕੁੱਤੇ ਖਰੀਦਦੇ ਨੇ ਪਹਿਲਾਂ ਉਹ ਵੇਖਦੇ ਨੇ ਇਹਦੀ ਨਸਲ ਕੀ ਕਿੱਥੋਂ ਆਇਆ ਇਸ ਲੀਨੀਏਜ ਜੇ ਆਪਾਂ ਘੋੜਾ ਖਰੀਦੀਏ ਇਫ ਯੂ ਬਾਏ ਅ ਹਾਰਸ ਘੋੜਾ
ਜਿਹੜੇ ਬੰਦੇ ਘੋੜਾ ਘੋੜੇ ਖਰੀਦਦੇ ਨੇ ਉਹਨਾਂ ਪਤਾ ਘੋੜੇ ਖਰੀਦਣ ਤੋਂ ਪਹਿਲਾਂ ਕਿਹਦੇ ਘੋੜੇ ਦੀ ਕੀ ਨਸਲ ਇਹਦੀ ਬਰੀਡ ਕਿੱਥੇ ਹੈ ਕਿਹੋ ਜਿਹੀ ਹੈ ਇਹਦੇ ਪੇਰੈਂਟਸ ਕਿਹੋ ਜਿਹੇ ਸੀਗੇ ਉਹਨਾਂ ਵਿੱਚ ਕਿਹੋ ਜਿਹੇ ਗੁਣ ਸੀਗੇ ਤੇ ਫਿਰ ਬੰਦਾ ਘੋੜਾ ਖਰੀਦਦਾ ਹੈ ਜੇ ਅਸੀਂ ਕੋਈ ਬੀਜ ਲਗਾਉਣੇ ਨਾ ਬੀਜ ਤੋਰੀਆਂ ਜਾਂ ਕਰੇਲੇ ਜੋ ਵੀ ਅਸੀਂ ਲਗਾਉਣੇ ਆ ਅਸੀਂ ਕਹਿ ਗਏ ਆਹ ਬੀਜ ਨਾ ਇਹ ਨਸਲ ਬਹੁਤ ਅੱਛੀ ਹੈ ਇਹਦੇ ਕਰੇਲੇ ਵੱਡੇ ਵੱਡੇ ਹੁੰਦੇ ਨੇ ਹਨਾ ਆਪਾਂ ਇਹ ਗੱਲ ਕਰਦੇ ਹਾਂ ਨਾ ਕਿ ਇਹਦੀ ਨਸਲ ਬਹੁਤ ਅੱਛੀ ਹੈ ਜੇ ਉਹ ਜੇ ਗੁਣ ਪਿਓ ਵਿੱਚ ਹੋਣ ਉਹ ਜੇ ਗੁਣ ਪੁੱਤਰ ਵਿੱਚ ਐਨੀਮਲਸ ਵਿੱਚ ਜਾਨਵਰਾਂ ਵਿੱਚ ਦਰਖਤਾਂ ਵਿੱਚ ਪਸ਼ੂਆਂ ਵਿੱਚ ਪੰਛੀਆਂ ਵਿੱਚ ਇਹ ਗੱਲ ਲਾਗੂ ਹੈ ਦਿਸ ਇਜ ਟਰੂ ਫਾਰ ਆਲ ਐਨੀਮਲਸ ਫਾਰ ਪਲਾਂਟਸ ਐਂਡ ਐਵਰੀਥਿੰਗ ਪਰ ਇਹ ਗੱਲ ਜਦੋਂ ਇਨਸਾਨ ਤੇ ਆਉਂਦੀ ਨਾ ਇਹ ਢੋਕਦੀ ਨਹੀਂ ਗੱਲ ਇੱਕ ਕਾਰਨ ਹੈ ਕਿਹੜੀ ਗੱਲ ਕਿ ਜਿਹੜੇ ਪਿਓ ਵਿੱਚ ਗੁਣ ਹੋਣ ਪੁੱਤ ਵਿੱਚ ਨਹੀਂ ਹੁੰਦੇ ਕਹੋ ਕਬੀਰ ਇਹ ਰਾਮ ਕੀ ਅੰਸ਼ ਗੁਰੂ ਕਹਿੰਦੇ ਨੇ ਇਹ ਪ੍ਰਾਣੀ ਤੇਰਾ ਪਿਓ ਜਿਹੜਾ ਹੈਗਾ ਨਾ ਉਹ ਰੱਬ ਹੈ ਹੇ ਆਤਮਾ ਹੇ ਜੀਵ ਯੋਰ ਫਾਦਰ ਇਜ਼ ਦ ਇਜ਼ ਗੋਡ ਜਿਹੜੇ ਗੁਣ ਰੱਬ ਵਿੱਚ ਮੀਨਸ ਤੇਰੇ ਵਿੱਚ ਵੀ ਹੋਣੇ ਚਾਹੀਦੇ ਨੇ ਕਿਉਂਕਿ ਨਸਲ ਵਿੱਚ ਆਉਂਦੇ ਨੇ ਪਰ ਬਦਕਿਸਮਤੀ ਇਨਸਾਨ ਵਿੱਚ ਉਹ ਗੁਣ ਨਹੀਂ ਰਹੇ ਵਾਹ ਆਪਾਂ ਇਹ ਵੀ ਗੱਲ ਕਰਨੀ ਹੈ ਮੈਂ ਦੁਹਰਾ ਦਵਾਂ ਜਿਹੋ ਜਿਹੇ ਗੁਣ ਪਿਓ ਵਿੱਚ ਹੋਣ ਉਹ ਜਿਹੇ ਗੁਣ ਪੁੱਤਰ ਵਿੱਚ ਹੁੰਦੇ ਹੈ ਦਿਸ ਇਜ਼ ਵੈਰੀ ਪ੍ਰੀਵੇਲੈਂਟ ਇਨ ਐਨੀਮਲਸ ਇਨ ਫਲਾਵਰਸ ਇਨ ਟ੍ਰੀਜ਼ ਇਟ ਇਜ਼ ਨਾਟ ਪ੍ਰੀਵੇਲੈਂਟ ਇਨ ਹਿਊਮਨ ਬੀਇੰਗਸ ਵੈਰੀ ਰੇਅਰਲੀ ਪ੍ਰੀਵੇਲੈਂਟ ਇਨ ਹਿਊਮਨ ਬੀਇੰਗਸ ਵਾਹ ਆਪਾਂ ਇਹ ਗੱਲ ਕਰਨੀ ਕਹਿੰਦੇ ਨੇ ਦੋ ਤਰ੍ਹਾਂ ਦੀ ਔਲਾਦ ਹੁੰਦੀ ਹੈ ਦੋ ਤਰ੍ਹਾਂ ਦੀ ਔਲਾਦ ਕਿਹੋ ਜਿਹੀ ਔਲਾਦ ਇੱਕ ਔਲਾਦ ਜਨਮ ਲੈਂਦੀ ਹੈ ਮਾਪਿਆਂ ਕੋਲ ਕੋਈ ਸਮੇਂ ਵਾਸਤੇ ਕੁਛ ਸਮੇਂ ਵਾਸਤੇ ਰਹਿੰਦੀ ਹੈ ਦੇਰ ਇਜ਼ ਅ ਕਾਈਂਡ ਆਫ ਔਲਾਦ ਅ ਚਾਈਲਡ which is born, who is born, stays with parents for a fixed amount of time and then moves out. ਜਿੰਨਾ ਚਿਰ ਮਾਪਿਆਂ ਕੋਲ ਨੇ ਮਾਪੇ ਕੋਸ਼ਿਸ਼ ਕਰਦੇ ਆਪਣਾ ਗੁਣ ਇਹਨਾਂ ਵਿੱਚ ਅਸੀਂ ਇਨਕਾਰ ਕੇ ਕਰੀਏ ਗ੍ਰਹਿਣ ਕਰੀਏ ਥੋੜੇ ਸਮੇਂ ਬਾਅਦ ਉਹ ਚਲੇ ਜਾਂਦੇ ਨੇ ਆਪਣੇ ਆਪ ਰਹਿੰਦੇ ਨੇ ਫਿਰ ਆਪਣੇ ਗੁਣ ਆਪਣੇ ਅਵਗੁਣ ਆਪ ਗ੍ਰਹਿਣ ਕਰਦੇ ਨੇ ਇੱਕ ਤਰ੍ਹਾਂ ਦੀ ਔਲਾਦ ਬੋਰਨ ਦੇ ਸਟੇ ਵਿਦ ਦ ਪੇਰੈਂਟਸ ਫਾਰ ਅ ਵਾਈਲ ਐਂਡ ਦੈਨ ਦੇ ਗ੍ਰੋ ਅਵੇ ਇੱਕ ਦੂਸਰੀ ਤਰ੍ਹਾਂ ਦੀ ਔਲਾਦ ਹੈ ਪੈਦਾ ਹੁੰਦੀ ਹੈ ਤੇ ਆਪਣੇ ਮਾਪਿਆਂ ਕੋਲੋਂ ਨੈਵਰ ਸਪਰੇਟਸ ਵਿਛੋੜਾ ਕਿਤੇ ਨਹੀਂ ਹੁੰਦਾ ਹਮੇਸ਼ਾ ਮਾਪਿਆਂ ਨਾਲ ਹੁੰਦੇ ਨੇ ਐਗਜ਼ਾਮਪਲ ਪਾਣੀ ਦਾ ਬੁਲਬੁਲਾ ਉਹਦੀ ਉਤਪਤੀ ਕਿੱਥੋਂ ਹੋਈ ਪਾਣੀ ਤੋਂ ਹੋਈ ਤੇ ਜ਼ਿੰਦਗੀ ਭਰ ਉਹ ਬੁਲਬੁਲਾ ਕਿਹਦੇ ਨਾਲ ਰਹਿੰਦਾ ਹੈ ਪਾਣੀ ਨਾਲ ਵਿਛੜਦਾ ਨਹੀਂ ਪਾਣੀ ਤੋਂ ਵਿਛੜਦਾ ਨਹੀਂ ਇਜ਼ ਆਲਵੇਸ ਵਿਦ ਦ ਵਾਟਰ ਇਜ਼ ਬੋਰਨ ਹੀ ਲਿਵਸ ਐਂਡ ਹੀ ਫਿਨਿਸ਼ਸ ਹਿਸ ਲਾਈਫ ਵਿਦ ਦ ਵਾਟਰ ਵਿਛੜਦਾ ਨਹੀਂ ਵੇਵਸ ਲਹਿਰਾਂ ਲਹਿਰਾਂ ਦੀ ਉਤਪਤੀ ਕਿੱਥੋਂ ਹੁੰਦੀ ਹੈ ਪਾਣੀ ਚੋਂ ਪਰ ਉਹਨਾਂ ਦੀ ਜ਼ਿੰਦਗੀ ਸਾਰੀ ਪਾਣੀ ਨਾਲ ਜੁੜੀ ਹੋਈ ਹੈ ਸੂਰਜ ਦੀ ਕਿਰਨ ਉਤਪਤੀ ਕਿੱਥੋਂ ਹੋਈ ਸੂਰਜ ਤੋਂ ਐਂਡ ਥਰੂ ਆਊਟ ਉਹ ਸੂਰਜ ਨਾਲ ਜੁੜੀ ਹੋਈ ਹੈ ਅਗਰ ਬੁਲਬੁਲਾ ਚਾਹੇ ਅਗਰ ਲਹਿਰ ਚਾਹੇ ਅਗਰ ਸੂਰਜ ਦੀ ਕਿਰਨ ਚਾਹੇ ਕਿ ਮੈਂ ਵਿਛੜ ਜਾਵਾਂ ਵਿਛੜ ਨਹੀਂ ਸਕਦੀ
they cannot, even if they try to be separated from the source, they cannot be separated. Ona di hod. Suraj di kiran di hod is suram peta ki hui. Suraj di ki hui. The very existence, the mere existence of the ray of the light is because of the sun. The very existence of the wave is because of the water. The very existence of the bubble is because of the water. Again, to paap, do tarah di aulaad hai, pehli tarah di aulaad paida hundi hai, thode chir baad chali jandi hai, ek tarah di aulaad paida hundi hai ki zindagi bhar rehndi hai. Agar chahe bhi na, vichhad nahi sakdi. Jehdi aulaad thode chir baad chali jandi na, ohde thode jehe gun maapiyan de gun pravesh ho jande ne. Thode ne, adhure ne. Jehda puttar jis tarah suraj di kiran, bulbula, lehar, saari umar apne somme naal jude hoye ne, oh jehde vi gun somme vich hege ne, ohna de vich ohi gun ne. Pani vich jehde gun ne, ohi gun bulbule vich ne. Suraj de kiran kiran vich jehde suraj vich jehde vi gun ne, oh suraj vich ne. ਇਸੇ ਤਰ੍ਹਾਂ ਆ ਜਿਹੜਾ ਜੀਵ ਨਾ, ਜੀਵ ਆਤਮਾ, ਇਹਦੀ ਉਤਪਤੀ ਪਰਮਾਤਮਾ ਦੇ ਕਰਕੇ ਨੇ. ਇਹ ਅਗਰ ਚਾਹੇ ਵੀ ਨਾ ਵਿਛੜ ਨਹੀਂ ਸਕਦਾ. ਇਹਦੇ ਵਿੱਚ ਉਹ ਗੁਣ ਨੇ ਪਰਮਾਤਮਾ ਦੇ ਗੁਣ. ਇਵਨ ਇਫ ਹੀ ਟ੍ਰਾਈਜ਼, ਹੀ ਕੈਨ ਨਾਟ ਬੀ ਸੈਪਰੇਟਡ ਫਰੋਮ ਪਰਮਾਤਮਾ. ਪਰ ਇੱਕ ਕਾਰਨ ਹੈ ਕਿਉਂ ਉਹਦੇ ਵਿੱਚ ਉਹ ਗੁਣ ਨਹੀਂ ਆਏ. ਉਹ ਕਾਰਨ ਦੀ ਉਹ ਕਾਰਨ ਬਾਰੇ ਅਸੀਂ ਗੱਲ ਕਰਨੀ ਹੋ. ਜਿਹੜੇ ਵੀ ਗੁਣ ਪਰਮਾਤਮਾ ਵਿੱਚ, ਜੀਵ ਵਿੱਚ ਹੋਣੇ ਚਾਹੀਦੇ, ਕਿਉਂਕਿ ਜੀਵ ਪਰਮਾਤਮਾ ਦਾ ਪੁੱਤਰ ਹੈ. ਇੱਕ ਭੁਲੇਖੇ ਦੇ ਕਰਕੇ ਉਹ ਗੁਣ ਸਾਡੇ ਵਿੱਚ ਨਹੀਂ ਉਤਰੇ. ਉਹ ਕਿਹੜਾ ਭੁਲੇਖਾ ਹੈ? There is a reason why these attributes of God have not come into us. Because when we say I, what do we refer to? What do we refer to? The body. Jadon assi kehnde na, assi sareer nu refer karde haan. Ehi bhulekha hai, banda sochda hai ki main sareer haan. ਇਹ ਸਰੀਰ ਜਿਹੜਾ ਨਾ, ਇਟ ਇਜ਼ ਨਾਟ ਬਿਯੋਂਡ ਟਾਈਮ. ਬੰਦਾ ਸੋਚਦਾ ਮੈਂ ਸਰੀਰ ਹਾਂ. ਇਸ ਭੁਲੇਖੇ ਕਰਕੇ ਬੰਦਾ ਜਨਮ ਲੈਂਦਾ ਹੈ, ਇਸ ਭੁਲੇਖੇ ਕਰਕੇ ਬੰਦਾ ਮਰਦਾ ਹੈ. ਇਸ ਭੁਲੇਖੇ ਕਰਕੇ ਬੰਦਾ ਜਨਮ ਲੈਂਦਾ ਹੈ, ਇਸ ਭੁਲੇਖੇ ਕਰਕੇ ਬੰਦਾ ਮਰਦਾ ਹੈ, ਇਸ ਭੁਲੇਖੇ ਕਰਕੇ ਬੰਦਾ ਬੁੱਢਾ ਹੁੰਦਾ ਹੈ. ਕਿਉਂਕਿ ਕਾਲ ਵਿੱਚ ਫਸ ਗਿਆ. ਹੀ ਇਸ ਟ੍ਰੈਪਡ ਇਨ ਦ ਟਾਈਮ ਸਾਈਕਲ. ਇਸ ਭੁਲੇਖੇ ਨੇ ਬੰਦੇ ਨੂੰ ਉਹ ਟਾਈਮ ਸਾਈਕਲ, ਉਹ ਕਾਲ ਦੇ ਹੁਕਮ ਵਿੱਚ ਫਸਾ ਦਿੱਤਾ. ਕੀ ਕਾਲ? ਕਿਉਂਕਿ ਰੱਬ ਅਕਾਲ ਹੈ, ਸਰੀਰ ਕਾਲ ਹੈ. ਅਕਾਲ ਮੀਨਸ ਬਿਯੋਂਡ ਟਾਈਮ. ਇਹ ਜਿਹੜੀ ਸਾਡੀ ਆਤਮਾ ਨਾ, ਇਹ ਅਕਾਲ ਹੈ. ਪਰ ਕਿਉਂਕਿ ਬੰਦੇ ਨੇ ਸੋਚਿਆ ਮੈਂ ਸਰੀਰ ਹਾਂ ਨਾ, ਫਿਰ ਬੰਦਾ ਜਨਮ ਲੈਂਦਾ ਹੈ, ਫਿਰ ਬੰਦਾ ਬਿਮਾਰ ਹੁੰਦਾ ਹੈ, ਫਿਰ ਬੰਦਾ ਦੁੱਖ ਤਕਲੀਫਾਂ ਕੱਟਦਾ ਹੈ, ਫਿਰ ਬੰਦਾ ਬੁੱਢਾ ਹੁੰਦਾ ਹੈ, ਫਿਰ ਬੰਦਾ ਮਰਦਾ ਹੈ. ਇਸ ਭੁਲੇਖੇ ਨੇ ਉਹ ਜਿਹੜੇ ਪਰਮਾਤਮਾ ਦੇ ਗੁਣ ਨਾ ਸਾਡੇ ਵਿੱਚ ਉਤਰਨ ਨਹੀਂ ਦਿੱਤੇ. ਔਰ ਪਰਮਾਤਮਾ ਦੇ ਗੁਣ ਇਸ ਕਰਕੇ ਸਾਡੇ ਵਿੱਚ ਮੌਜੂਦ ਨੇ, ਪਰ ਭੁਲੇਖੇ ਕਰਕੇ ਉਹ ਛੁਪੇ ਹੋਏ ਨੇ. ਗੁਰੂ ਕਹਿੰਦੇ ਨੇ ਜਿੱਦਣ ਬੰਦੇ ਨੂੰ ਪਤਾ ਲੱਗ ਜਾਵੇ ਕਿ ਮੈਂ ਜੀਵ ਆਤਮਾ,
The day we recognize that I am the Jeev Atma, jede Rab vich gun na, phir sare sade vich gun ne. Dharm di zarurat vi is karke hai. Dharm di zarurat vi is karke hai ke banda pehchan dewe ke man tu. ਧਰਮ ਦੀ ਜ਼ਰੂਰਤ ਇਸ ਕਰਕੇ ਪਈ ਆ ਕਿ ਬੰਦਿਆ ਤੂੰ ਪਹਿਚਾਨ ਲੈ ਆਪ ਜੀ ਨੇ ਉਹ ਨਵੀਂ ਵੀਡੀਓ ਜਿਹੜੀ ਹੁਣੇ ਹੁਣੇ ਲਾਈ ਹੈ YouTube ਤੇ ਟ੍ਰੈਜਰ ਹੰਟ ਬਸ ਮੈਂ ਜ਼ਿਆਦਾ ਵਿਸਤਾਰ ਨਹੀਂ ਨਾਲ ਗੱਲ ਨਹੀਂ ਕਰਨੀ ਬਟ ਦੈਟ ਹੋਲ ਵੀਡੀਓ ਇਜ਼ ਅਬਾਊਟ ਦਿਸ ਟ੍ਰੈਜਰ ਹੰਟ ਕੀ ਟ੍ਰੈਜਰ ਹੈ ਇੱਕ ਬਹੁਤ ਕੀਮਤੀ ਚੀਜ਼ ਸਾਡੇ ਵਿੱਚ ਛੁਪੀ ਹੋਈ ਹੈ ਉਹ ਕੀ ਛੁਪੀ ਹੋਈ ਹੈ ਪਰਮਾਤਮਾ ਬੰਦੇ ਦਾ ਜਿਹੜਾ ਸਾਰਾ ਜੀਵਨ ਨਾ ਇੱਕ ਟ੍ਰੈਜਰ ਹੰਟ ਹੈ ਖਜ਼ਾਨੇ ਦੀ ਭਾਲ ਹੈ ਉਹ ਕੀ ਖਜ਼ਾਨਾ ਹੈ ਉਹ ਵੀਡੀਓ ਵਿੱਚ ਗੱਲ ਕੀਤੀ ਹੋਈ ਆਪ ਜੀ ਨੇ ਉਹ ਵੀਡੀਓ ਸੁਣ ਲੈਣੀ YouTube ਤੇ ਧਰਮ ਦੀ ਜ਼ਰੂਰਤ ਇਸ ਕਰਕੇ ਹੋਈ ਹੈ ਕਿਉਂਕਿ ਬੰਦਾ ਇੱਕ ਭੁਲੇਖੇ ਵਿੱਚ ਪਿਆ ਹੋਇਆ ਧਰਮ ਕੀ ਕਰਦਾ ਹੈ ਬੰਦੇ ਨੂੰ ਇਹ ਭੁਲੇਖੇ ਚੋਂ ਕੱਢਦਾ ਹੈ ਤੇ ਬੰਦੇ ਨੂੰ ਜਦੋਂ ਆਪਣੀ ਪਹਿਚਾਣ ਹੋ ਜਾਂਦੀ ਨਾ ਕਿ ਮੈਂ ਕੌਣ ਹਾਂ ਬੰਦੇ ਨੂੰ ਇਹ ਪਹਿਚਾਣ ਹੋ ਜਾਂਦੀ ਹੈ ਕਿ ਮੈਂ ਆਤਮਾ ਹੈ ਤੇ ਮੈਂ ਉਹ ਰੱਬ ਦਾ ਰੂਪ ਹਾਂ ਫਿਰ ਬੰਦਾ ਹੱਸਦਾ ਹੈ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਬੰਦਾ ਆਪਣੇ ਆਪ ਵੇਖ ਕੇ ਸੋਚਦਾ ਹੈ ਮੈਂ ਕਿਹੜੇ ਭੁਲੇਖੇ ਚ ਪਿਆ ਹੋਇਆ ਸੀਗਾ ਮੈਂ ਤੇ ਉਹ ਆਤਮਾ ਹੈ ਫਿਰ ਬੰਦਾ ਜਦੋਂ ਆਪਣੀ ਰੈਜ਼ੂਮੇ ਪੜਦਾ ਨਾ ਉਹ ਬੰਦੇ ਨੂੰ ਪਤਾ ਲੱਗਦਾ ਕਮਾਲ ਹੈ ਯਾਰ ਮੇਰੇ ਵਿੱਚ ਤੇ ਇਹ ਗੁਣ ਸੀਗੇ ਮੇਰੇ ਵਿੱਚ ਇਹ ਵੀ ਗੁਣ ਹੈ ਮੇਰੇ ਵਿੱਚ ਇਹ ਵੀ ਗੁਣ ਹੈ ਮੇਰੇ ਵਿੱਚ ਇਹ ਹੀ ਗੁਣ ਹੈ ਆਪਾਂ ਹੁਣ ਆਪਣੀ ਰੈਜ਼ੂਮੇ ਪੜ੍ਹਨੀ ਹੈ ਨਾ ਵੀ ਕੋਈ ਰੀਡ ਆਊਟ ਰੈਜ਼ੂਮੇ ਸਾਡੀ ਰੈਜ਼ੂਮੇ ਸਾਨੂੰ ਕੀ ਕਹਿੰਦੀ ਸਾਡੇ ਬਾਰੇ ਸਾਡੀ ਆਤਮਾ ਬਾਰੇ ਅਸੀਂ ਕੌਣ ਹੈ ਆਪਣੀ ਰੈਜ਼ੂਮੇ ਆਪਾਂ ਹੁਣ ਪੜ੍ਹਨੀ ਹੈ ਆਪਾਂ ਸੁਣਨੀ ਹੈ ਕਿ ਮੈਂ ਕੌਣ ਹਾਂ ਮੇਰੇ ਵਿੱਚ ਕਿਹੜੇ ਕਿਹੜੇ ਗੁਣ ਨੇ ਸੁਣੋ ਗੁਰੂ ਅਰਜਨ ਦੇਵ ਜੀ ਨੇ ਸਾਡੇ ਵਾਸਤੇ ਰੈਜ਼ੂਮੇ ਲਿਖੀ ਹੈ ਗੁਰੂ ਅਰਜਨ ਦੇਵ ਜੀ ਰੋਟ ਦਿਸ ਰੈਜ਼ੂਮੇ ਫੋਰ ਅਸ ਕਿ ਹੇ ਪ੍ਰਾਣੀ ਦਿਸ ਇਜ਼ ਯੋਰ ਰੈਜ਼ੂਮੇ ਤੇਰੇ ਵਿੱਚ ਇਹ ਇਹ ਗੁਣ ਮੌਜੂਦ ਨੇ ਜਿੱਦਣ ਤੈਨੂੰ ਪਤਾ ਲੱਗ ਜਾਏ ਨਾ ਤੇਰੇ ਵਿੱਚ ਇਹ ਗੁਣ ਹੈ ਜੇ ਬੰਦੇ ਵਿੱਚ ਬਿਲਡਰ ਦਾ ਗੁਣ ਹੋਵੇ ਬੰਦਾ ਬਿਲਡਿੰਗ ਕਰ ਸਕਦਾ ਨਾ ਜੇ ਬੰਦੇ ਵਿੱਚ ਆਈਟੀ ਦਾ ਗੁਣ ਹੋਵੇ ਬੰਦਾ ਆਈਟੀ ਕਰ ਸਕਦਾ ਨਾ ਜੇ ਬੰਦੇ ਵਿੱਚ ਅਕਾਊਂਟੈਂਸੀ ਦਾ ਗੁਣ ਹੋਵੇ ਬੰਦਾ ਫਿਰ ਅਕਾਊਂਟਿੰਗ ਕਰਦਾ ਨਾ ਇਸ ਤਰ੍ਹਾਂ ਹੀ ਗੁਰੂ ਨੇ ਸਾਨੂੰ ਗੁਣ ਦੱਸਣੇ ਨੇ ਸਾਡੇ ਕੀ ਗੁਣ ਨੇ ਸਾਡੇ ਆਤਮਾ ਤੇ ਕੀ ਗੁਣ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ ਵਾਸਤੇ ਇਹ ਰੈਜ਼ੂਮੇ ਲਿਖੀ ਹੋਈ ਆਓ ਰਜਬੁਦੀਨ ਗੁਰੂ ਕਹਿੰਦੇ ਨੇ ਹੇ ਪ੍ਰਾਣੀ ਪਹਿਲੀ ਗੱਲ ਤੂੰ ਇਹ ਸਮਝ ਅਚਰਜ ਕਥਾ ਮਹਾ ਅਨੂਪ ਗੁਰੂ ਕਹਿੰਦੇ ਨੇ ਆ ਜਿਹੜੀ ਕਥਾ ਹੈ ਨਾ ਤੇਰੇ ਬਾਰੇ ਮੈਂ ਦੱਸਣ ਲੱਗਾ ਉਹ ਆਤਮਾ ਬਾਰੇ ਮੈਂ ਜਿਹੜੀ ਦੱਸਣ ਲੱਗਾ ਹੈ ਇਹ ਬਹੁਤ ਬਿਊਟੀਫੁਲ ਹੈ ਇਹ ਬਹੁਤ ਕਮਾਲ ਦੀ ਡਿਸਕ੍ਰਿਪਸ਼ਨ ਗੁਰੂ ਕਹਿੰਦੇ ਨੇ ਗੁਰੂ ਕਹਿੰਦੇ ਨੇ ਸੁਣੋ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਗੁਰੂ ਕਹਿੰਦੇ ਨੇ ਕਥਾ ਤੇਰੇ ਰਿਜ਼ਮੇ ਬਾਰੇ ਤੇਰੇ ਬਾਰੇ ਇਜ਼ ਸੋ ਬਿਊਟੀਫੁਲ ਕਮਾਲ ਹੈ ਕਿ ਤੂੰ ਇਹ ਪਹਿਚਾਣ ਲਾ ਕਿ ਤੂੰ ਰੱਬ ਦਾ ਗੱਲ ਤੂੰ ਪਹਿਚਾਨ ਲੈ ਕਈ ਵਾਰੀ ਪਿਓ ਕਹਿੰਦਾ ਨਾ ਪੁੱਤਰ ਤੂੰ ਕਿਹਦਾ ਪੋਤਾ ਹੈ ਤੂੰ ਕਿਹੋ ਜਿਹੇ ਕੰਮ ਕਰਦਾ ਹੈ ਨਾ ਕੋਈ ਬਾਪੂ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਤੁਹਾਡਾ ਫਾਦਰ ਸਿੰਘ ਯੂ ਰਿਮੈਂਬਰ ਹੂ ਸਨ ਯੂ ਆਰ ਹੈ ਨਾ ਕਈ ਵਾਰੀ ਬਾਪੂ ਡਾਂਟਦਾ ਨਾ ਬਾਪੂ ਕਹਿੰਦਾ ਯਾਦ ਰੱਖ ਤੂੰ ਕਿਹੜਾ ਪੁੱਤਰ ਹੈ ਬਾਪੂ ਕਈ ਵਾਰੀ ਚਪੇੜ ਵੀ ਮਾਰਦਾ ਹੈ ਯਾਦ ਕਰਾਉਂਦਾ ਤੂੰ ਯਾਦ ਕਰ ਕਿਹੜਾ ਪੁੱਤਰ ਹੈ ਮੇਰੇ ਮਨ ਚ ਇੱਕ ਗੱਲ ਆ ਗਈ ਕਿਉਂਕਿ ਸੰਗੀਤ ਨਾਲ ਪਿਆਰ ਹੈ ਨਾ ਜਿਹੜੀ ਆਪ ਕਰ ਰਿਹਾ ਸੀਗਾ ਕਿ ਤੂੰ ਯਾਦ ਰੱਖ ਤੂੰ ਕਿਹਦਾ ਪੁੱਤਰ ਹੈ
ਆਪ ਜੀ ਨੇ ਜ਼ਾਕਿਰ ਹੁਸੈਨ ਦਾ ਨਾਮ ਸੁਣਿਆ, ਜ਼ਾਕਿਰ ਹੁਸੈਨ ਜਿਹੜਾ ਤਬਲਾ ਵਜਾਉਂਦੇ ਨੇ, ਉਹਨਾਂ ਦੇ ਪਿਤਾ ਜੀ ਦਾ ਨਾਮ ਅੱਲਾ ਰੱਖਾ ਹੈ, ਆਪ ਜੀ ਨੇ ਸੁਣਿਆ ਹੋਣਾ ਨਾ। ਕਹਿੰਦੇ ਨੇ ਜ਼ਾਕਿਰ ਜੀ 3.5-4 ਸਾਲ ਦੇ ਸੀਗੇ, ਹੀ ਵਾਸ 3.5-4 ਇਅਰਸ ਓਲਡ, ਮੈਂ ਸਮਝਾਉਣ ਵਾਸਤੇ ਗੱਲ ਕਰ ਰਿਹਾ। ਕਹਿੰਦੇ ਜ਼ਾਕਿਰ ਜੀ ਆਪਣੇ ਬੱਚਿਆਂ ਨਾਲ ਬਾਹਰ ਖੇਡ ਰਹੇ ਸੀ, ਹੀ ਵਾਸ ਪਲੇਇੰਗ ਵਿਦ ਦ ਚਿਲਡਰਨ ਆਊਟਸਾਈਡ, ਖੇਡ ਰਹੇ ਸੀਗੇ, ਤੇ ਉਸਤਾਦ ਅੱਲਾ ਰੱਖਾ ਨੇ ਬੁਲਾ ਕੇ ਇੱਕ ਥੱਪੜ ਲਗਾਇਆ, ਥੱਪੜ ਮਾਰਿਆ। ਉਸਤਾਦ ਅੱਲਾ ਰੱਖਾ ਨੇ ਜ਼ਾਕਿਰ ਜੀ ਨੂੰ ਬੁਲਾ ਕੇ ਇੱਕ ਥੱਪੜ ਮਾਰਿਆ ਤੇ ਕਹਿਣ ਲੱਗੇ, ਤੂੰ ਯਾਦ ਰੱਖ ਤੂੰ ਕਿਹੜਾ ਪੁੱਤਰ ਹੈ, ਯੂ ਰਿਮੈਂਬਰ ਹੂ ਸਨ ਯੂ ਆਰ, ਤੇਰੇ ਵਾਸਤੇ ਖਿਡੌਣਾ ਪਤਾ ਕੀ ਹੈ, ਯੋਰ ਟੋਏ ਇਜ਼ ਦ ਤਬਲਾ। ਥੱਪੜ ਮਾਰ ਕੇ ਆਖੇ, ਤੂੰ ਯਾਦ ਰੱਖ ਤੂੰ ਕਿਹਦਾ ਪੁੱਤਰ ਹੈ। ਗੁਰੂ ਸਾਨੂੰ ਕਹਿੰਦੇ ਨੇ, ਭਾਈ ਤੂੰ ਯਾਦ ਰੱਖ ਤੂੰ ਕਿਹਦਾ ਪੁੱਤਰ ਹੈ, ਤੂੰ ਪਰਮਾਤਮਾ ਦਾ ਪੁੱਤਰ, ਤੂੰ ਯਾਦ ਰੱਖ ਤੂੰ ਪਰਮਾਤਮਾ ਦਾ ਪੁੱਤਰ ਹੈ। ਪਹਿਲੀ ਗੱਲ ਗੁਰੂ ਨੇ ਇਹ ਗੱਲ ਆਖੀ ਹੈ, ਸਟਾਰਟਿੰਗ ਪੁਆਇੰਟ। ਤੇ ਗੁਰੂ ਕਹਿੰਦੇ ਨੇ, ਜੇ ਤੂੰ ਪਰਮਾਤਮਾ ਦਾ ਪੁੱਤਰ ਹੈ, ਫਿਰ ਅਸੀਂ ਲਾਈਕ ਫਾਦਰ ਲਾਈਕ ਸਨ ਦੀ ਗੱਲ ਕੀਤੀ ਨਾ, ਜਿਹੜੇ ਗੁਣ ਪਰਮਾਤਮਾ ਵਿੱਚ ਵੀ ਸਾਡੇ ਵਿੱਚ ਗੁਣ ਨੇ। ਗੁਰੂ ਨੇ ਪਹਿਲੀ ਗੱਲ ਆਖੀ, ਤੂੰ ਯਾਦ ਰੱਖ ਤੂੰ ਪਰਮਾਤਮਾ ਦਾ ਪੁੱਤਰ ਹੈ ਤੇ ਤੇਰੇ ਵਿੱਚ ਤੂੰ ਉਹਦਾ ਰੂਪ ਹੈ, ਤੇ ਮੈਂ ਹੁਣ ਤੈਨੂੰ ਪਰਮਾਤਮਾ ਦੇ ਗੁਣ ਦੱਸਣ ਲੱਗਾ, ਜਿਹੜੇ ਪਰਮਾਤਮਾ ਦੇ ਗੁਣ ਨੇ ਤੇਰੇ ਚ ਨੇ, ਉਹ ਗੁਣ ਤੂੰ ਪਹਿਚਾਨ ਲੈ। ਤੇ ਪਹਿਲਾ ਗੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿੰਦੇ ਨੇ, ਨਾ ਇਹੋ ਬੂਟਾ ਨਾ ਇਹੋ ਬਾਲਾ, ਰਿਮੈਂਬਰ ਦੈਟ ਯੂ ਵਿਲ ਨੈਵਰ ਗ੍ਰੋ ਓਲਡ। And you will never be born. You are not born and you don't die. You are there forever. Tu marda nahi. Tu mar nahi sakda. Tu budda nahi hunda. Tu hamesha vaste ha. Te jadon bande nu pata lag jae na ki main marda nahi, phir oh jada maut da dar na nikal jayega man chon. Because man realizes, main fir marda, main mar nahi sakda. Aapan gaddi badlane ha, gaddi kharab ho jandi na, we buy another car, the car is right off, we buy another car, wo driver kahin hai. Bande nu samajh aa jandi jinnu assi maut kehnde na, eh maut nahi, bas gaddi badlan di gall hai. ਫਿਰ ਬੰਦਾ ਮੌਤ ਤੋਂ ਨਹੀਂ ਡਰਦਾ। ਗੁਰੂ ਕਹਿੰਦੇ ਨੇ ਤੇਰੇ ਵਿੱਚ ਪਹਿਲਾ ਗੁਣ ਇਹ ਕਿ ਤੂੰ ਬੱਚਾ ਵੀ ਨਹੀਂ ਤੇ ਤੂੰ ਬੁੱਢਾ ਵੀ ਨਹੀਂ, ਯਾਨੀ ਕਿ ਤੂੰ ਪੈਦਾ ਵੀ ਨਹੀਂ ਹੋਣਾ ਤੇ ਤੂੰ ਮਰਦਾ ਨਹੀਂ, ਕਿ ਕਿਉਂਕਿ ਤੂੰ ਰੱਬ ਨਾਲ ਜੁੜਿਆ ਜਿਸ ਤਰ੍ਹਾਂ ਕਿਰਨ ਜੁੜੀ ਹੋਈ ਰੱਬ ਵਿੱਚ। ਅਗਲਾ ਗੁਣ ਗੁਰੂ ਕਹਿੰਦੇ ਨੇ, ਨਾ ਇਸ ਦੁੱਖ ਨਾ ਹੀ ਜੰਮ ਜਾਲਾ। ਕਹਿੰਦੇ ਹੇ ਭਾਈ ਸਮਝ ਲਾ, ਤੈਨੂੰ ਕੋਈ ਦੁੱਖ ਨਹੀਂ ਲੱਗੇਗਾ, ਪਰ ਅਸੀਂ ਅੱਜ ਕੱਲ੍ਹ ਕਹਿੰਦੇ ਮੇਰਾ ਇਹ ਦੁੱਖ ਦਾ, ਮੇਰਾ ਉਹ ਦੁੱਖ ਦਾ, ਮੇਰਾ ਇਹ ਦੁੱਖ ਦਾ, ਮੈਂ ਬਿਮਾਰ ਹਾਂ, ਮੈਨੂੰ ਇਹ ਬਿਮਾਰੀ ਹੈ, ਮੈਨੂੰ ਉਹ ਬਿਮਾਰੀ ਹੈ, ਕਿਉਂਕਿ ਉਹ ਭੁਲੇਖੇਗੀ ਨਾ, ਸਾਨੂੰ ਬਸ ਨੀਚੇ ਲਿਆਉਂਦਾ ਹੈ। ਪਰਮਾਤਮਾ ਕਿਤੇ ਬਿਮਾਰ ਹੁੰਦਾ ਹੈ? ਨਹੀਂ। ਪਰਮਾਤਮਾ ਕਿਤੇ ਮਰਦਾ ਹੈ? ਨਹੀਂ। ਗੁਰੂ ਕਹਿੰਦੇ ਨੇ, ਫਿਰ ਤੂੰ ਵੀ ਬਿਮਾਰ ਨਹੀਂ ਹੋ ਸਕਦਾ, ਫਿਰ ਤੂੰ ਵੀ ਨਹੀਂ ਮਰਦਾ। ਗੁਰੂ ਸਮਝਾ ਰਹੇ ਨੇ ਦੂਜਾ ਗੁਣ, ਹੋਰ ਵੇਖੀਏ। ਗੁਰੂ ਕਹਿੰਦੇ ਨਾ ਇਹੋ ਬਿਨਸੇ ਨਾ ਇਹੋ ਜਾਏ। ਗੁਰੂ ਕਹਿੰਦੇ ਸਮਝ ਲਾ, ਤੈਨੂੰ ਕੋਈ ਮਾਰ ਨਹੀਂ ਸਕਦਾ, ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਤੂੰ ਹਮੇਸ਼ਾ ਵਾਸਤੇ ਆ। ਆਦ ਜੁਗਾਦੀ ਰਹਿਆ ਸਮਾਏ। ਗੁਰੂ ਕਹਿੰਦੇ ਨੇ, ਤੂੰ ਤੇ ਜਦੋਂ ਫਰੋਮ ਦ ਬਿਗਿਨਿੰਗ ਆਫ ਟਾਈਮਸ ਯੂ ਹੈਵ ਬੀਨ ਐਗਜ਼ਿਸਟਿੰਗ, ਤੂੰ ਮੇਰੇ ਵਿੱਚ ਸੀਗਾ, ਕਿਉਂਕਿ ਰੱਬ ਵੀ ਨਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ, ਕਿਉਂਕਿ ਰੱਬ ਇਜ਼ ਇਟਰਨਲ, ਹੀ ਇਜ਼ ਫੋਰਐਵਰ, ਹੀ ਇਜ਼ ਬਿਯੋਂਡ ਟਾਈਮ। ਗੁਰੂ ਕਹਿੰਦੇ ਨੇ,
tu samajh la kyunki tu meri ansh na, that you are part of me because I existed forever from the beginning of time. You have been existing from the beginning of time as well. Appa ye gal kyun kar rahe ho? Apne gun vekh rahe ho, sade vich kehde gun ne? ਗਾਂ ਵਾਸਤੇ ਸਾਨੂੰ ਕੋਈ ਦੁੱਖ ਤਕਲੀਫ ਹੋਏ ਨਾ, ਬੰਦੇ ਨੂੰ ਜੌਬ ਐਪਲੀਕੇਸ਼ਨ ਕਰਨੀ ਆ, ਪੇਪਰ ਚਾਹੁੰਦੇ ਕਿ ਫਲਾਣੀ ਫਲਾਣੀ ਜੌਬ ਆ, ਹੀ ਰਿਕੁਆਇਰਸ ਆਰ ਸਕਿੱਲਸ, ਆਪਾਂ ਝਟਪਟ ਆਪਣੀ ਰੈਜ਼ੂਮੀ ਆਤਮਾ ਦੀ ਰੈਜ਼ੂਮੀ ਦੇਖ ਕੇ ਆਖਾਂਗੇ ਹਾਂ ਮੇਰੇ ਵਿੱਚ ਇਹ ਗੁਣ ਹੈਗਾ, ਮੈਂ ਕਿਉਂ ਫਿਰ ਫਸਿਆ? ਬਸ ਇਸ ਗੁਣ ਨੂੰ ਮੈਂ ਪੋਲਿਸ਼ ਕਰਨਾ ਹੈ। ਕਈ ਵਾਰੀ ਸਾਡੇ ਵਿੱਚ ਨਾ ਰੈਜ਼ੂਮੀ ਸਕਿੱਲ ਸੈਟਸ ਹੁੰਦੀਆਂ ਨਾ, ਬਹੁਤ ਚਿਰ ਨਹੀਂ ਕੀਤਾ ਕੰਮ, ਉਹ ਰਸਟੀ ਹੋ ਜਾਂਦੀਆਂ ਨਾ, ਫਿਰ ਆਪਾਂ ਕੀ ਕਰਦੇ ਹਾਂ? ਦੁਬਾਰਾ ਪੋਲਿਸ਼ ਕਰਦੇ ਹਾਂ। ਬਸ ਆਪਾਂ ਆਪਣੀ ਰੈਜ਼ੂਮੀ ਪੜ੍ਹ ਪੜ੍ਹ ਕੇ ਆਪਣੇ ਜਿਹੜੇ ਸਕਿੱਲਸ ਹੈਗੇ ਨਾ, ਇਹਨੂੰ ਪੋਲਿਸ਼ ਕਰਦੇ ਹਾਂ। ਇਸ ਕਰਕੇ ਆਪਾਂ ਉਹ ਰੈਜ਼ੂਮੀ ਨੂੰ ਅਸੀਂ ਰਿਵਿਊ ਕਰਦੇ, ਰੀਵਿਜ਼ਿਟ ਕਰਦੇ। ਅੱਗੇ ਗੁਰੂ ਕਹਿੰਦੇ ਨੇ ਨਾ ਇਸ ਉਸ ਨਾ ਹੀ ਇਸ ਸੀਵ। ਗੁਰੂ ਕਹਿੰਦੇ ਨੇ ਹੇ ਜੀਵ, ਤੈਨੂੰ ਕਿਤੇ ਗਰਮੀ ਨਹੀਂ ਲੱਗਦੀ, ਗਰਮੀ ਲੱਗ ਨਹੀਂ ਸਕਦੀ, ਤੈਨੂੰ ਠੰਡ ਵੀ ਨਹੀਂ ਲੱਗ ਸਕਦੀ। That you are beyond all these things, ਤੇਰੇ ਵਿੱਚ ਇੰਨੀ ਸ਼ਕਤੀ ਹੈ, ਤੂੰ ਇਸ ਚੀਜ਼ਾਂ ਤੋਂ ਉੱਪਰ ਹੈ। ਨਾ ਇਸ ਦੁਸ਼ਮਣ ਨਾ ਇਸ ਮੀਤ, ਤੂੰ ਸਮਝ ਲਾ ਕਿ ਤੇਰਾ ਕੋਈ ਦੁਸ਼ਮਣ ਨਹੀਂ, ਤੇਰਾ ਕੋਈ ਮੀਤ ਨਹੀਂ, ਕਿਉਂਕਿ ਪਰਮਾਤਮਾ ਇਸ ਬਿਯੋਂਡ ਟਾਈਮ, ਬਿਯੋਂਡ ਸਪੇਸ, ਬਿਯੋਂਡ ਰਿਲੇਸ਼ਨਸ਼ਿਪਸ, ਬਿਯੋਂਡ ਐਵਰੀਥਿੰਗ। ਹੀ ਇਜ਼ ਹੀ, ਹੀ ਇਜ਼ ਨੋਟ ਇਫੈਕਟਡ ਬਾਈ ਐਨੀਮੀਜ਼, ਹੀ ਇਜ਼ ਨੋਟ ਇਫੈਕਟਡ ਬਾਈ ਪੀਪਲ ਹੂ ਲਵ ਹਿਮ। ਨਾ ਇਸ ਹਰਕ ਨਹੀਂ ਇਸ ਸੋਗ। ਗੁਰੂ ਕਹਿੰਦੇ ਨੇ ਖੁਸ਼ੀ ਆ ਜਾਵੇ ਫਿਰ ਵੀ ਆਨੰਦ ਵਿੱਚ ਅਨਡਿਸਟਰਬ, ਤੇ ਗਮੀ ਆ ਜਾਵੇ ਫਿਰ ਵੀ ਅਨਡਿਸਟਰਬ, ਕੋਈ ਫਰਕ ਨਹੀਂ। ਤੂੰ ਸਮਝ ਲਾ ਅਸੀਂ ਥੋੜਾ ਜਿਹਾ ਦੁੱਖ ਆ ਜਾਵੇ ਨਾ ਸਾਨੂੰ, ਅਸੀਂ ਘਬਰਾ ਜਾਂਦੇ ਹਾਂ। ਕਹਿੰਦੇ ਜੇ ਬੰਦੇ ਨੂੰ ਪਹਿਚਾਣ ਹੋ ਜਾਵੇ ਨਾ ਕਿ ਮੈਂ ਕੌਣ ਆ, ਕਹਿੰਦੇ ਨਾ ਜਦੋਂ ਕੰਮ ਉਦੋਂ ਹੁੰਦਾ ਹੈ, ਯੂ ਕੈਨ ਡੂ ਯੋਰ ਬੈਸਟ ਵੈਨ ਐਵਰ ਯੂ ਆਰ ਡੂਇੰਗ ਸਮਥਿੰਗ ਨਾ, you can do your best when you are at your best, when you are not affected by emotions. You can put out your best when you are not affected by emotions. Jehda vi assi kam karde, kyunki jehdi taqat, the ability to focus is at the highest when we are not affected by circumstances and emotion. ਆ ਸੁਣਨ ਵਾਲੀ ਗੱਲ ਹੈ, ਵੈਰੀ ਇੰਪੋਰਟੈਂਟ। ਦ ਹਾਈਲਾਈਟ ਆਫ ਦ ਰੈਜ਼ੂਮੀ, ਦ ਰਿਜ਼ੀਲੀਅੰਟ ਪੁਆਇੰਟ ਇਨ ਦ ਰੈਜ਼ੂਮੀ ਕੀ ਹੈ? ਗੁਰੂ ਕਹਿੰਦੇ ਨੇ ਸਭ ਕੁਝ ਇਸਕਾ ਇਹੋ ਕਰਨਾ ਹੈ ਜੋ ਗੁਰੂ ਕਹਿੰਦੇ ਨੇ ਰੈਜ਼ੂਮੀ ਵਿੱਚ ਅੰਡਰਲਾਈਨ ਬਲੌਕ ਲੈਟਰਸ, ਬੋਲਡ ਲੈਟਰਸ, ਕਿ ਸਭ ਕੁਝ ਇਸਕਾ, ਦੈਟ ਐਵਰੀਥਿੰਗ ਬਿਲੋਂਗਸ ਟੂ ਯੂ, ਇਹੋ ਕਰਨਾ ਹੈ ਜੋ, ਐਂਡ ਯੂ ਕੈਨ ਡੂ ਐਨੀਥਿੰਗ ਐਟ ਆਲ in bold letters, resume ke upar likha aaya, tu sab kuch de raha hai, tu sab kuch kar sakta hai, there is no limit to what you can do. Aajkal gore hai ki na gore, main hamesha ye gal, I always rub it in, Anthony Robbins, Bob Proctor, Deepak Chopra, Robin Sharma, Dr. D Martini, sare ye gal kehnde ne your mind is very powerful. Guru sahab ne 500 years ago told us that you have no limits. Gore sanu kehnde ne your limits are in the mind. Guru ne sanu inne chir di aakhri gal ki bhai you make your own limits. Appa kehnde na main eh nahi kar sakda, oh nahi kar sakda, mere kol eh nahi hunda, mere kol oh nahi hunda, mere kol oh nahi hunda. Guru kehnde ne sab kuch tera te tu sab kuch kar sakda hai, pehchan le sharir sab kuch nahi kar sakda hai par aatma sab kuch kar sakdi hai. Je banda pehchan leve ਕਿ ਮੈਂ ਆਤਮਾ ਹੈ ਨਾ, ਜਿਹੜੀ ਚੀਜ਼ ਮੇਰੇ ਵਿੱਚ ਬੈਠੀ ਮੇਰਾ ਆਤਮਾ ਹੈ, ਮੈਂ ਸਭ ਕੁਛ ਕਰ ਸਕਦੀ ਹੈ, ਫਿਰ ਉਹ ਬੰਦਾ ਆਪਣੇ ਸਰੀਰ ਨੂੰ ਇਸਤੇਮਾਲ ਕਰਕੇ ਸਭ ਕੁਛ ਕਰ ਲੈਂਦਾ ਹੈ।
Because limits exist in the mind. ਤੁਸੀਂ ਮਾਊਂਟ ਐਵਰੈਸਟ ਜਾ ਸਕਦੇ ਚੜ੍ਹ ਸਕਦੇ ਹੋ ਤੁਸੀਂ ਨਹੀਂ ਚੜ੍ਹ ਸਕਦੇ ਜਿਹੜਾ ਬੰਦਾ ਚੜ੍ਹਿਆ ਜਿਹੜੇ ਬੰਦੇ ਚੜ੍ਹੇ ਨੇ ਉਹਨਾਂ ਦੀ ਕੀ ਲਿਮਿਟ ਸੀਗੀ ਉਹ ਵੀ ਆਪਣੇ ਵਰਗੇ ਨੇ ਜਿਹੜੇ ਸਕਾਈ ਡਾਈਵਿੰਗ ਕਰਦੇ ਨੇ ਮੈਂ ਨਹੀਂ ਕਰ ਸਕਦਾ ਪਰ ਜਿਹੜੇ ਕਰਦੇ ਉਹ ਵੀ ਆਪਣੇ ਬੰਦੇ ਨੇ ਕਿਉਂਕਿ ਮੈਂ ਮਨ ਵਿੱਚ ਲਿਮਿਟ ਰੱਖੀ ਹੋਈ ਉਹਨਾਂ ਨੇ ਲਿਮਿਟ ਨਹੀਂ ਰੱਖੀ ਹੋਈ ਬਸ ਇਹੀ ਫਰਕ ਹੈ ਮੈਂ ਕਹਿੰਦਾ ਮੈਂ ਨਹੀਂ ਕਰ ਸਕਦਾ ਉਹ ਕੰਮ ਜਿਹਨਾਂ ਨੇ ਮਨ ਵਿੱਚ ਲਿਮਿਟ ਰੱਖੀ ਜਿੰਨਾ ਅਸੀਂ ਲਿਮਿਟ ਰੱਖਦੇ ਨਾ ਮਨ ਨੂੰ ਓਨਾ ਹੀ ਸਾਡੇ ਕੋਲ ਕੰਮ ਹੁੰਦਾ ਹੈ ਮੈਂ ਨਹੀਂ ਕਰ ਸਕਦਾ ਇਹ ਮੇਰੇ ਕੋਲ ਨਹੀਂ ਹੁੰਦਾ ਹੈ ਗੁਰੂ ਕਹਿੰਦੇ ਨੇ ਤੂੰ ਪਹਿਚਾਣਦਾ ਹੈ ਤੇਰੇ ਰਸ ਵਿੱਚ ਤੇਰੇ ਗੁਣ ਲਿਖਿਆ ਹੋਇਆ ਹੈ ਪੜ੍ਹ ਲੈ ਤੇਰੇ ਵਿੱਚ ਇਹ ਗੁਣ ਹੈ ਤੇ ਗੁਰੂ ਕਹਿੰਦੇ ਨੇ ਅੱਗੇ ਨਾ ਇਸ ਬਾਪ ਨਾ ਇਸ ਮਾਇਆ ਅੱਜ ਜੀਵ ਆਤਮਾ ਕਿਉਂਕਿ ਇਹ ਰੱਬ ਦਾ ਰੂਪ ਹੈ ਇਹਦਾ ਕੋਈ ਮਾਂ ਨੀ ਇਹਦੀ ਕੋਈ ਇਹਦਾ ਕੋਈ ਪਿਓ ਨੀ ਇਹ ਰੱਬ ਦਾ ਰੂਪ ਹੈ ਕਿਉਂਕਿ ਇਹ ਰੱਬ ਦਾ ਰੂਪ ਨਾ ਆਤਮਾ ਪੈਦਾ ਨਹੀਂ ਹੁੰਦੀ ਆਤਮਾ ਮਰਦੀ ਨਹੀਂ ਗੁਰੂ ਕਹਿੰਦੇ ਨੇ ਇਹ ਅਪਰੰਪਰ ਹੋਤਾ ਆਇਆ ਇਸ ਕਰਕੇ ਹਮੇਸ਼ਾ ਤੋਂ ਤੇਰੀ ਵਜੂਦ ਹਮੇਸ਼ਾ ਤੋਂ ਯੂਵ ਆਲਵੇਸ ਬੀਨ ਦੇਰ ਯੂ ਹੈਵ ਬੀਨ ਬਿਯੋਂਡ ਟਾਈਮ ਬਿਯੋਂਡ ਸਪੇਸ ਗੁਰੂ ਕਹਿੰਦੇ ਨੇ ਪਾਪ ਪੁੰਨ ਦਾ ਇਸ ਲੇਪ ਨਾ ਲਾ ਕੇ ਗੁਰੂ ਕਹਿੰਦੇ ਨੇ ਤੂੰ ਇੰਨਾ ਨਿਰਮਲ ਹੈ ਇੰਨਾ ਨਿਰਮਲ ਕਿਉਂਕਿ ਰੱਬ ਇੰਨਾ ਨਿਰਮਲ ਹੈ ਤੂੰ ਹੀ ਇੰਨਾ ਨਿਰਮਲ ਹੈ ਤੈਨੂੰ ਪਾਪ ਅਤੇ ਪੁੰਨ ਇਹ ਗੇੜੇ ਵਿੱਚ ਤੂੰ ਨਹੀਂ ਫਸੇਗਾ ਇਸ ਕਰਕੇ ਜਿਹੜੇ ਬ੍ਰਹਮ ਗਿਆਨੀ ਲੋਕ ਨਾ ਜਿਹੜੇ ਸੰਤ ਲੋਕ ਜਿਹੜੇ ਮਹਾਂਪੁਰਸ਼ ਲੋਕ ਜਿਹੜੇ ਬੰਦਗੀ ਵਾਲੇ ਪੁਰਸ਼ ਹੁੰਦੇ ਨੇ ਉਹ ਪਾਪ ਪੁੰਨ ਦੇ ਗੇੜੇ ਵਿੱਚ ਨਹੀਂ ਆਉਂਦੇ ਜੋ ਵੀ ਉਹ ਕਰਦੇ ਨਾ ਸਾਨੂੰ ਨਜ਼ਰ ਆਉਂਦਾ ਹੈ ਕਿ ਉਹ ਜਿਗੜੇ ਹੋਏ ਨੇ ਪਰ ਉਹ ਉੱਪਰ ਹੁੰਦੇ ਨੇ ਦੇ ਆਰ ਨਾਟ ਰਿਸਟ੍ਰਿਕਟਡ ਬਾਈ ਵਾਟ ਵੀ ਸੀ ਉੱਪਰ ਨੇ ਉਹ ਗੁਰੂ ਕਹਿੰਦੇ ਨੇ ਘੱਟ ਘੱਟ ਅੰਦਰ ਸਦ ਹੀ ਜਾਗਿਆ ਜਿਹੜਾ ਪਰਮਾਤਮਾ ਹੈ ਉਹਦੀ ਜੋਤ ਹਰ ਇੱਕ ਵਿੱਚ ਜਾਗਦੀ ਹੈ ਤੁਹਾਡੇ ਵਿੱਚ ਜਾਗਦੀ ਹੈ ਮੇਰੇ ਵਿੱਚ ਜਾਗਦੀ ਹੈ ਜੇ ਅਸੀਂ ਆਤਮਾ ਰੂਪ ਹਾਂ ਇਹਦਾ ਮਤਲਬ ਮੈਂ ਵੀ ਤੁਹਾਡੇ ਵਿੱਚ ਬੈਠਾ ਤੇ ਤੁਸੀਂ ਵੀ ਮੇਰੇ ਵਿੱਚ ਬੈਠੇ ਹੋ ਸਾਡਾ ਫਿਰ ਕੋਈ ਭਿੰਨ ਭੇਦ ਨਹੀਂ ਸਾਡਾ ਕੋਈ ਫਰਕ ਨਹੀਂ ਵੀ ਆਰ ਜਸਟ ਵਨ There is no difference between you and me then. Is karke guru kehnde ne sometimes you look at somebody kisi al ve kisan gussa chadda hai actually wo apne aap na gussa kar reha banda hai if I look at somebody and I get angry with somebody it means I'm getting angry with myself kyunki ode vich vi main baitha hoya je kise vich assi gun vekhde na ida matlab oh mere gun ne kyunki main nahi ode vich baitha hoya ਜੇ ਕਿਸੇ ਵਿੱਚ ਮੈਂ ਬੁਰੀਆਈ ਵੇਖ ਰਿਹਾ ਉਹ ਵੀ ਮੇਰੀ ਬੁਰੀਆਈ ਹੈ ਕਿਉਂਕਿ ਉਹ ਦੇ ਵਿੱਚ ਵੀ ਮੈਂ ਬੈਠਾ ਹੋਇਆ ਆ ਪੰਜ ਉਂਗਲਾਂ ਡਿਫਰੈਂਟ ਲੱਗਦੀਆਂ ਨਾ ਪਰ ਉਹੀ ਹੱਥ ਦੀਆਂ ਉਂਗਲਾਂ ਨੇ ਹੱਥ ਦੋ ਲੱਗਦੇ ਨੇ ਪਰ ਇਹ ਦੋ ਹੱਥ ਇਹ ਸਰੀਰ ਦੇ ਹੱਥ ਨੇ ਇੱਕੋ ਹੀ ਹੱਥ ਨੇ ਇਸ ਤਰ੍ਹਾਂ ਹੀ ਨਾ ਇਨਸਾਨ ਇੱਕ ਇੱਕ ਡਿਫਰੈਂਟ ਲੱਗਦਾ ਹੈ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਡਿਫਰੈਂਟ ਲੱਗਦੀਆਂ ਨੇ ਪਰ ਜਦੋਂ ਸਮਾ ਜਾਂਦੀਆਂ ਨਾ ਸਮੁੰਦਰ ਵਿੱਚ ਫਿਰ ਉਹ ਲਹਿਰਾਂ ਵਿੱਚ ਕੋਈ ਫਰਕ ਨਹੀਂ ਰਿਹਾ ਸਮੁੰਦਰ ਹੀ ਸਮੁੰਦਰ ਅੱਗੇ ਇਸ ਨੂੰ ਗੁਰੂ ਕੀ ਕਹਿੰਦੇ ਨੇ ਗੁਰੂ ਕਹਿੰਦੇ ਨੇ ਤੀਨ ਗੁਣਾ ਕਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਸ਼ਾਇਆ ਗੁਰੂ ਕਹਿੰਦੇ ਨੇ ਜਿਹੜੀ ਮਾਇਆ ਹੈ ਨਾ ਮਾਇਆ ਇਹ ਰੱਬ ਦੀ ਛਾਇਆ ਹੈ ਛਾਇਆ ਦਾ ਮਤਲਬ ਕੀ ਹੈ ਸ਼ੈਡੋ ਤੁਸੀਂ ਤੁਰੋਗੇ ਸ਼ੈਡੋ ਕਿੱਥੇ ਜਾਏਗੀ ਜੇ ਤੁਸੀਂ ਅੱਗੇ ਕਿ ਤੁਹਾਨੂੰ ਸ਼ੈਡੋ ਪਿੱਛੇ ਪਿੱਛੇ ਲੱਗੇਗੀ ਨਾ ਕਿ ਤੁਸੀਂ ਉੱਧਰ ਤੁਰੋਗੇ ਸ਼ੈਡੋ ਉੱਧਰ ਜਾਏਗੀ ਨਹੀਂ ਨਾ ਜਿੱਦਣ ਸਾਨੂੰ ਸਮਝ ਆ ਜਾਵੇ ਨਾ ਕਿ ਮਾਇਆ ਸਾਡੀ ਛਾਇਆ ਅਸੀਂ ਮਾਇਆ ਦੇ ਪਿੱਛੇ ਨਹੀਂ ਭੱਜਾਂਗੇ ਮਾਇਆ ਸਾਡੇ ਪਿੱਛੇ ਭੱਜੇਗੀ
ਜਦੋਂ ਬੰਦੇ ਨੂੰ ਸਮਝ ਆ ਜਾਵੇ ਨਾ ਉਹਦਾ ਮੁੱਖ ਚਾਨਣ ਹੁੰਦਾ ਹੈ ਨਾ, ਜਿੱਦਣ ਬੰਦੇ ਦਾ ਮੁੱਖ ਚਾਨਣ ਹੋ ਗਿਆ ਫਿਰ ਪਰਛਾਵਾਂ ਕਿੱਥੇ ਹੈ ਬੰਦੇ ਦਾ? ਪਿੱਛੇ। ਫਿਰ ਬੰਦਾ ਅੱਗੇ ਅੱਗੇ ਵਧੇਗਾ ਪਰਛਾਵਾਂ ਫਿਰ। ਜੇ ਸਾਡਾ ਮੁੱਖ ਚਾਨਣ, ਜੇ ਸਾਡੀ ਪਿੱਠ ਚਾਨਣ, ਫਿਰ ਪਰਛਾਵਾਂ ਕਿੱਥੇ ਹੋਏਗਾ? ਅੱਗੇ। ਫਿਰ ਪਰਛਾਵਾਂ ਅੱਗੇ ਅੱਗੇ, ਅਸੀਂ ਪਰਛਾਵਾਂ ਦੇ ਪਿੱਛੇ ਪਿੱਛੇ ਭੱਜਾਂਗੇ। ਗੁਰੂ ਕਹਿੰਦੇ ਨੇ ਸਮਝ ਲਾ ਕਿ ਇਹ ਜਿਹੜੀ ਮਾਇਆ ਨਾ, ਇਹ ਰੱਬ ਦਾ ਪਰਛਾਇਆ ਹੈ। ਇਹਦਾ ਮਤਲਬ ਕੀ ਹੈ? ਇਹ ਮਾਇਆ ਸਾਡਾ ਪਰਛਾਇਆ। ਮਾਇਆ ਸਾਡੇ ਪਿੱਛੇ ਭੱਜੇਗੀ ਜਦੋਂ ਅਸੀਂ ਸਾਨੂੰ ਸਮਝ ਆ ਗਈ, ਸਾਨੂੰ ਮਾਇਆ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪਏਗੀ। ਗੁਰੂ ਅੱਗੇ ਕਹਿੰਦੇ ਨੇ ਅਛਲ ਅਛੇਦ ਅਭੇਦ ਦਿਆਲਾ ਦਿਆਲ। ਧੋਖਾ ਨਹੀਂ ਕਿਤੇ ਖਾ ਸਕੇਗਾ, ਕਿਉਂਕਿ ਰੱਬ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਅਸੀਂ ਰੋਜ਼ ਧੋਖੇ ਖਾਂਦੇ ਹਾਂ, ਵੀ ਕਿਆ ਚੀਟਡ ਆਲ ਦ ਟਾਈਮ। ਪਰ ਰੱਬ, ਗੁਰੂ ਕਹਿੰਦੇ ਨੇ ਤੂੰ ਸਮਝ ਲਾ, ਰੱਬ ਕਿਤੇ ਧੋਖਾ ਨਹੀਂ ਖਾ ਸਕਦਾ। ਅਛੇਦ, ਇਹਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਇਹਦੇ ਵਿੱਚ ਗਲੀਆਂ ਨਹੀਂ ਕੋਈ ਕਰ ਸਕਦਾ, ਇਹਨੂੰ ਮਿਟਾ ਨਹੀਂ ਸਕਦਾ ਕੋਈ। ਅਪੇਦ, ਕਿ ਰੱਬ ਅਪੇਦ ਹੈ, ਕਿ ਤੂੰ ਸਮਝ ਲਾ ਦੈਟ ਯੂ ਆਰ ਫੁੱਲ ਆਫ ਮਿਸਟਰੀਸ। ਤੂੰ ਆਪਣੇ ਆਪ ਨੂੰ ਸਮਝ, ਤੇਰੇ ਵਿੱਚ ਇੰਨੇ ਗੁਣ ਨੇ, ਇੰਨੇ ਚੰਗੀਆਂ ਚੀਜ਼ਾਂ ਤੇਰੇ ਵਿੱਚ, ਤੂੰ ਆਪਣਾ ਗੁਣ ਸਮਝ ਲਾ ਦੈਟ ਯੂ ਆਰ ਬਿਯੋਂਡ ਇਮੈਜੀਨੇਸ਼ਨ। ਗੁਰੂ ਕਹਿੰਦੇ ਨੇ ਦੀਨ ਦਿਆਲ ਸੁਧਾ ਕਿਰਪਾਲ। ਗੁਰੂ ਕਹਿੰਦੇ ਨੇ ਤੇਰੇ ਵਿੱਚ ਇਹ ਵੀ ਗੁਣ ਨੇ, ਤੂੰ ਪਹਿਚਾਨ ਲੈ, ਤੂੰ ਦਿਆਲੂ ਆ, ਤੂੰ ਕਿਰਪਾਲੂ ਆ, ਯੂ ਆਰ ਮਰਸੀਫੁਲ, ਯੂ ਆਰ ਕੰਪੈਸ਼ਨੇਟ। ਤਾਂ ਕਿ ਗੱਲ ਮਿੱਤ ਕਛੂ ਨਾ ਪਾਏ। ਗੁਰੂ ਸੇਸ ਅਗੇਨ, ਹੀ ਸੇਸ ਅਗੇਨ ਦੈਟ ਰਿਮੈਂਬਰ ਤੇਰੀ ਲਿਮਿਟ ਹੈ ਨਹੀਂ, ਯੂ ਆਰ ਬਿਯੋਂਡ ਲਿਮਿਟ, ਯੂ ਆਰ ਬਿਯੋਂਡ ਟਾਈਮ, ਤੇਰੀ ਲਿਮਿਟ ਹੈ ਨਹੀਂ, ਤੂੰ ਇਹ ਸਮਝ ਲਾ। ਨਾਨਕ ਤਾਂ ਕਹਿ ਬਲ ਬਲ ਜਾਏ। ਗੁਰੂ ਕਹਿੰਦੇ ਨੇ ਉਸ ਪਰਮਾਤਮਾ ਤੇ ਮੈਂ ਬਲ ਬਲ ਜਾਣਾ ਹੈ। ਇਹ ਜਿਹੜਾ ਆਪਾਂ ਸਾਰਾ ਸ਼ਬਦ ਪੜਿਆ ਸੀ ਨਾ, ਇਹ ਸਾਡੀ ਰੈਸੂਮੀ ਹੈ, ਐਗਜ਼ਾਮ ਰੈਸੂਮੀ। ਸਾਨੂੰ ਸਾਡੇ ਗੁਣ ਭੁੱਲੇ ਹੋਏ ਨੇ, ਵੀ ਹੈਵ ਫੋਰਗੋਟਨ ਆਵਰ ਸਟ੍ਰੈਂਥਸ, ਵੀ ਹੈਵ ਫੋਰਗੋਟਨ ਆਵਰ ਐਟਰੀਬਿਊਟਸ। ਗੁਰੂ ਕਹਿੰਦੇ ਨੇ ਜਿੱਦਣ ਬੰਦੇ ਨੂੰ ਸਮਝ ਆ ਜਾਵੇ ਨਾ ਕਿ ਮੈਂ ਇਹ ਹਾਂ, ਫਿਰ ਬੰਦਾ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਦਾ ਹੈ? ਨਿਡਰ ਹੋ ਕੇ ਗੁਜ਼ਾਰਦਾ ਹੈ, ਨਿਰਭਉ ਹੋ ਕੇ ਗੁਜ਼ਾਰਦਾ ਹੈ। ਆਪਾਂ ਕੀ ਕਰਨਾ ਹੈ? ਵੈਸੇ ਆਪਣੀ ਰੈਜ਼ੂਮੀ ਜੇ ਅਸੀਂ ਪੜ੍ਹਦੇ ਰਹੀਏ ਨਾ, ਇਫ ਵੀ ਕੀਪ ਆਊਟ ਰੀਡਿੰਗ ਆਵਰ ਰੈਜ਼ੂਮੀ ਆਲ ਦ ਟਾਈਮ, ਸਾਨੂੰ ਆਪਣੇ ਗੁਣ ਯਾਦ ਹੁੰਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਤੇ ਨੈਕਸਟ ਟਾਈਮ ਵੀ ਕਮ ਅਰਾਊਂਡ, ਵੀ ਵਿਲ ਟ੍ਰਾਈ ਟੂ ਪ੍ਰਿੰਟ ਆਊਟ ਦਿਸ ਪੀਸ ਆਫ ਪੇਪਰ ਕਾਲਡ ਦ ਰੈਜ਼ੂਮੀ ਆਫ ਮਾਈ ਸੋਲ। ਇਹ ਸ਼ਬਦ ਨੂੰ ਅਸੀਂ ਪ੍ਰਿੰਟ ਕਰਾਂਗੇ, ਇਹਨੂੰ ਅਗਰ ਲੈਮੀਨੇਟ ਕਰ ਸਕੀਏ ਨਾ, ਆਪਣੇ ਕਮਰੇ ਵਿੱਚ ਅਸੀਂ ਜੇ ਲਾ ਲਈਏ ਨਾ, ਅਸੀਂ ਜੇ ਇਹਨੂੰ ਪੜ੍ਹਦੇ ਰਹੀਏ ਨਾ, ਸਾਨੂੰ ਅਹਿਸਾਸ ਹੁੰਦਾ ਰਹੇਗਾ ਸਾਡੇ ਵਿੱਚ ਇੰਨੇ ਗੁਣ ਨੇ। ਬੰਦਾ ਕਈ ਲਈ ਸਪੋਰਟਸਮੈਨ ਜਿਹੜਾ ਹੁੰਦਾ ਨਾ, ਉਹਦੀਆਂ ਟਰੋਫੀਆਂ ਲੱਗੀਆਂ ਹੁੰਦੀਆਂ ਨਾ, ਹੀ ਹੈਜ਼ ਲੋਟਸ ਆਫ ਟਰੋਫੀਜ਼ ਇਨ ਹਿਸ ਕਵਰਡ ਇਨ ਹਿਸ ਸ਼ੋਕੇਸ, ਹੀ ਲੁੱਕਸ ਐਟ ਹਿਸ ਟਰੋਫੀਜ਼, ਕਈ ਵਾਰੀ ਉੱਠਦਾ ਹੈ ਤੇ ਆਹ ਟਰੋਫੀਆਂ ਤੇ ਪੈ ਜਾਂਦਾ, ਆਪਣੇ ਆਪ ਕਹਿੰਦਾ ਕਿਆ ਬਾਤ ਹੈ, ਮੇਰੇ ਵਿੱਚ ਇਹ ਗੁਣ ਹੈ ਨਾ, ਆਈ ਐਮ ਗੁੱਡ। ਇਸ ਤਰ੍ਹਾਂ ਹੀ ਨਾ, ਜੇ ਅਸੀਂ ਇਹ ਪ੍ਰਿੰਟ ਕਰਕੇ ਆਪਣੇ ਕਮਰੇ ਵਿੱਚ ਲਾ ਲਈਏ ਨਾ ਤੇ ਪੜ੍ਹਦੇ ਰਹੀਏ ਨਾ, ਅਸੀਂ ਆਪਣੇ ਆਪ ਨੂੰ ਆਖਾਂਗੇ ਕਿਆ ਬਾਤ ਯਾਰ, ਆਈ ਹੈਵ ਗੋਟ ਸੋ ਮੈਨੀ ਐਟਰੀਬਿਊਟਸ, ਮੈਂ ਵੀ ਕਰ ਸਕਦਾ, 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 ਮੈਂ ਵੀ ਕਰ ਸਕਦਾ। ਬੰਦਾ ਫਿਰ ਉਪਲਬਧੀ ਤੋਂ ਬਾਹਰ ਰਹੇਗਾ। ਤੇ ਜਦੋਂ ਵੀ ਵੈਨ ਯੂ ਸਟਾਰਟ ਫੀਲਿੰਗ ਡਾਊਨ ਇਨ ਲਾਈਫ ਨਾ, ਜਦੋਂ ਬੰਦਾ ਆਪਣੇ ਆਪ ਨੂੰ ਬੇਬਸ ਫੀਲ ਕਰਦਾ ਹੈ, ਇੱਕ ਵਾਰੀ ਪੜ੍ਹ ਲਵੇ ਬੰਦਾ, ਜਦੋਂ ਬੇਬਸ ਫੀਲ ਹੁੰਦਾ ਨਾ, ਵੈਨ ਯੂ ਫੀਲ ਰਾਈਟ ਡਾਊਨ ਐਟ ਦ ਬੋਟਮ, ਇਹਨੂੰ ਲੈ ਕੇ ਪੜ੍ਹ ਲਵੇ ਨਾ ਬੰਦਾ, ਤੁਹਾਡੇ ਬਾਰੇ ਨਾ ਕਿਸੇ ਨੇ ਕੋਈ ਐਸੀ ਚਿੱਠੀ ਜਾਂ ਤੁਹਾਨੂੰ ਐਸੀ ਨੋਟ ਲਿਖੀ ਹੋਈ ਗਗਨ ਬੈਨ ਜੀ, ਦੈਟ
this is what I think of you, you are beautiful and you are so nice and you are compassionate and you are loving and you are so beautiful and you are this and you are that and you are this and you are that. ਇਹੋ ਜਿਹੀਆਂ ਗੱਲਾਂ ਸੋਹਣੀਆਂ ਸੋਹਣੀਆਂ ਗੱਲਾਂ ਲਿਖੀਆਂ ਹੋਣ ਨਾ, ਜੇ ਤੁਸੀਂ ਉਹ ਚਿੱਠੀ ਸੰਭਾਲ ਕੇ ਰੱਖੀ ਤੇ ਜਦੋਂ ਇੱਕ ਦਿਨ ਤੁਹਾਡਾ ਮਨ ਦੁਖੀ ਹੋਏ ਨਾ, ਜਦੋਂ ਦੁਨੀਆ ਨੇ ਤੁਹਾਨੂੰ ਦੁੱਖ ਪਹੁੰਚਾਇਆ, ਤੁਸੀਂ ਉਹ ਚਿੱਠੀ ਪੜ੍ਹ ਕੇ ਕੱਢ ਕੇ ਜੇ ਤੁਸੀਂ ਪੜ੍ਹੋਗੇ ਨਾ, ਤੁਹਾਨੂੰ ਸ਼ਾਂਤੀ ਆਏਗੀ, ਹੈ ਨਾ? ਯੂ ਫੀਲ ਸੋ ਗੁੱਡ ਕਿ ਕਮਾਲ ਹੈ ਯਾਰ, ਯੂ ਵਿਲ ਫੀਲ ਸੋ ਗੁੱਡ. ਦੇਰ ਵਾਸ ਅ ਟ੍ਰੇਨਿੰਗ ਦੈਟ ਆਈ ਅਟੈਂਡਡ ਮੈਨੀ ਇਅਰਸ ਅਗੋ, ਇਟ ਵਾਸ ਕਾਲਡ ਦ ਰੇਨੀ ਡੇ ਨੋਟ. What it meant was, in the training we had about 60-70 people and everybody had to write one beautiful thing, not just for the sake of writing, but look at that person and try to spot the most beautiful thing in the person and write it down on a piece of paper and give it to the person. And like that we had a training and we had 60 people, so we had 60 beautiful notes that we kept. I still have those notes for my training. Sometimes when you feel down in life, you take out those notes and you read and you say, wow. You realize mere vich eh vi gun ne, mere vich eh vi gun ne, mere vich eh vi gun ne, mere vich eh vi gun ne. So you can call this piece of paper your resume or your rainy day note. You can call this piece of paper your resume or your rainy day note when you feel down in life. In fact, if you can read it every day, it's very good. If you can't, read it when you're down, you realize how powerful you are. You realize who you are. Dobara simran vich jodiye. Maa kripa kare.